ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਪਾਰਟਸ ਆਫ ਸਪੀਚ ਦੀ ਅਗਲੀ ਸੀਰੀਜ਼ ਦੇ ਵਿੱਚ ਲੈ ਕੇ ਆ ਰਿਹਾ ਹਾਂ ਦ ਵਰਬ। ਇਸ ਸੀਰੀਜ਼ ਦੇ ਵਿੱਚ ਆਪਾਂ ਸਾਰੇ ਪਾਰਟਸ ਆਫ ਸਪੀਚ ਬਾਰੇ ਡਿਸਕਸ ਕਰ ਰਹੇ ਹਾਂ। ਨਾਊਨ ਆਪਾਂ ਪੜ੍ਹ ਚੁੱਕੇ ਹਾਂ, ਪ੍ਰੋਨਾਊਨ ਪੜ੍ਹ ਚੁੱਕੇ ਹਾਂ, ਅੱਜ ਵਾਰੀ ਆਉਂਦੀ ਹੈ ਵਰਬਸ ਦੀ। ਵਰਬਸ ਕੀ ਹੁੰਦੇ ਹਨ? ਬਚਪਨ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ ਕਿ ਇੱਕ ਅੱਖਰ ਐਸਾ ਹੁੰਦਾ ਹੈ ਸੈਂਟੈਂਸ ਦੇ ਵਿੱਚ ਜਿਹੜਾ ਕੋਈ ਨਾ ਕੋਈ ਐਕਸ਼ਨ ਦੱਸਦਾ ਹੈ। ਉਸਨੂੰ ਐਕਸ਼ਨ ਵਰਡ ਪਹਿਲਾਂ ਕਹਿ ਦਿੰਦਾ ਹੁੰਦਾ ਸੀ, ਐਕਚੁਅਲੀ ਉਹ ਵਰਬ ਹੈ। ਉਸੇ ਐਕਸ਼ਨ ਵਰਡ ਨੂੰ ਹੀ ਆਪਾਂ ਵਰਬ ਕਹਿੰਦੇ ਹਾਂ। ਇਹ ਵਰਬ ਤਿੰਨ ਤਰ੍ਹਾਂ ਦੇ ਹੁੰਦੇ ਆ, ਟ੍ਰਾਂਜ਼ਿਟਿਵ ਵਰਬ, ਇਨਟ੍ਰਾਂਜ਼ਿਟਿਵ ਵਰਬ ਅਤੇ ਵਰਬ ਆਫ ਇਨਕੰਪਲੀਟ ਪ੍ਰੈਡੀਕੇਸ਼ਨ। ਆਪਾਂ ਪਹਿਲਾਂ ਟ੍ਰਾਂਜ਼ਿਟਿਵ ਵਰਬ ਦੀ ਗੱਲ ਕਰ ਲਈਏ ਤਾਂ ਜਿਵੇਂ ਟੌਮ ਕਿਲਡ ਅ ਸਨੇਕ ਜਾਂ ਸ਼ੀ ਰੋਟ ਅ ਲੈਟਰ, ਜੈਕ ਲਵਡ ਜਿਲ, ਇਹਨਾਂ ਹਾਲਤਾਂ ਵਿੱਚ ਜਿਹੜੇ ਵਰਡ ਹੈਗੇ ਆ ਕਿਲ, ਰੋਟ ਜਾਂ ਲਵਡ, ਇਹ ਸਾਰੇ ਟ੍ਰਾਂਜ਼ਿਟਿਵ ਵਰਬ ਹੈ। ਇਨਟ੍ਰਾਂਜ਼ਿਟਿਵ ਵਰਬ ਜਿਵੇਂ ਬਰਡਸ ਫਲਾਈ, ਦ ਬੋਇਜ਼ ਲਾਫਸ, ਇਸੇ ਤਰ੍ਹਾਂ ਦ ਬੈਲ ਰਿੰਗਸ, ਦ ਟ੍ਰੀ ਗਰੋਸ, ਦ ਚਾਈਲਡ ਪਲੇਸ, ਮੇਡ ਮਿਲਕਸ, ਇਸ ਤਰ੍ਹਾਂ ਦੇ ਜਿਹੜੇ ਵਰਡਸ ਹੈਗੇ ਆ ਇਹਨਾਂ ਦੇ ਵਿੱਚ ਵਰਬ ਜਿਹੜੇ ਆਏ ਆ ਇਹਨਾਂ ਨੂੰ ਆਪਾਂ ਇਨਟ੍ਰਾਂਜ਼ਿਟਿਵ ਵਰਬ ਕਹਿੰਦੇ ਹਾਂ। ਹੁਣ ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਲਈਏ ਕਿ ਇੱਥੇ ਆਪਾਂ ਕਿਉਂ ਟ੍ਰਾਂਜ਼ਿਟਿਵ ਅਤੇ ਇੱਥੇ ਕਿਉਂ ਇਨਟ੍ਰਾਂਜ਼ਿਟਿਵ ਕਿਹਾ, ਇਹਦੇ ਵਿੱਚ ਫਰਕ ਕੀ ਹੈ? ਦੋਸਤੋ, ਸਭ ਤੋਂ ਪਹਿਲਾਂ ਜਦੋਂ ਆਪਾਂ ਵੇਖ ਲਿਆ ਕਿ ਬਈ ਆਹ ਐਕਸ਼ਨ ਵਰਡ ਹੈ, ਐਕਸ਼ਨ ਕੀ ਕੀਤਾ? ਕਿਲ ਅ ਸਨੇਕ। ਇੱਥੇ ਐਕਸ਼ਨ ਕੀ ਹੋਇਆ? ਰੋਟ ਅ ਲੈਟਰ। ਹੁਣ ਇੱਥੇ ਬਰਡਸ ਕੀ ਐਕਸ਼ਨ ਕਰਦੇ ਆ? ਫਲਾਈ। ਬੋਇਸ ਕੀ ਐਕਸ਼ਨ ਕਰਦੇ ਆ? ਲਾਫ, ਦ ਬੋਏ ਲਾਫਸ। ਤਾਂ ਐਕਸ਼ਨ ਹੋ ਰਿਹਾ, ਇਹਨਾਂ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਵਰਬ ਹੈ। ਹੁਣ ਇਹ ਟ੍ਰਾਂਜ਼ਿਟਿਵ ਹੈ ਕਿ ਇਨਟ੍ਰਾਂਜ਼ਿਟਿਵ ਹੈ, ਇਹਦੀ ਪਹਿਚਾਣ ਕੀ ਹੈ? ਸਭ ਤੋਂ ਪਹਿਲਾਂ ਆਪਾਂ ਇਹ ਪੁੱਛਣਾ ਹੁੰਦਾ ਹੈ ਆਪਣੇ ਆਪ ਤੋਂ ਕਿ ਜੇ ਕੋਈ ਐਕਸ਼ਨ ਹੋਇਆ ਵਟ ਜਾਂ ਹੂੰ। ਟੌਮ ਕਿਲ, ਵਟ ਹੀ ਕਿਲ ਜਾਂ ਹੂਮ ਹੀ ਕਿਲ, ਦਾ ਸਨੇਕ। ਸ਼ੀ ਰੋਟ ਅ ਲੈਟਰ, ਵਟ ਸ਼ੀ ਰੋਟ ਅ ਲੈਟਰ। ਅਤੇ ਜਿੱਥੇ ਵਟ ਅਤੇ ਹੂਮ ਦਾ ਆਪਾਂ ਨੂੰ ਕੋਈ ਜਵਾਬ ਓਬਜੈਕਟ ਦੇ ਰੂਪ ਵਿੱਚ ਆਉਂਦਾ ਹੈ ਉੱਥੇ ਟ੍ਰਾਂਜ਼ਿਟਿਵ ਹੋਇਆ। ਜਿੱਥੇ ਕੋਈ ਓਬਜੈਕਟ ਨਹੀਂ ਬਣਦਾ, ਕੋਈ ਵਟ ਜਾਂ ਹੂਮ ਦਾ ਜਵਾਬ ਨਹੀਂ ਮਿਲਦਾ, ਉੱਥੇ ਇਨਟ੍ਰਾਂਜ਼ਿਟਿਵ ਹੋ ਗਈ। ਇਹ ਫਰਕ ਕਲੀਅਰ ਹੋ ਜਾਣਾ ਚਾਹੀਦਾ ਕਿ ਇਨਟ੍ਰਾਂਜ਼ਿਟਿਵ ਉੱਥੇ ਹੁੰਦਾ ਜਿੱਥੇ ਓਬਜੈਕਟ ਨਹੀਂ ਹੁੰਦਾ, ਅਤੇ ਟ੍ਰਾਂਜ਼ਿਟਿਵ ਉੱਥੇ ਹੁੰਦਾ ਜਿੱਥੇ ਓਬਜੈਕਟ ਹੁੰਦਾ। ਜਿਵੇਂ ਆ ਟੌਮ ਕਿਲਡ ਅ ਸਨੇਕ, ਸਨੇਕ ਜਿਹੜਾ ਹੈ ਇਹ ਓਬਜੈਕਟ ਹੈ, ਟੌਮ ਸਬਜੈਕਟ ਹੈ। ਸ਼ੀ ਰੋਟ, ਕੌਣ ਰੋਟ? ਸ਼ੀ ਇਹ ਸਬਜੈਕਟ ਹੈ। ਸ਼ੀ ਇਜ਼ ਦ ਡੂਅਰ, ਸ਼ੀ ਇਜ਼ ਦ ਰਾਈਟਰ, ਸ਼ੀ ਰੋਟ, ਸ਼ੀ ਡਿਡ ਦ ਵਰਬ, ਦ ਵਰਕ ਡਨ ਇਜ਼ ਬਾਈ ਹਰ। ਤੋ ਇਹ ਸਬਜੈਕਟ ਹੈ, ਵਟ ਸ਼ੀ ਰੋਟ ਲੈਟਰ। ਤਾਂ ਫਿਰ ਵਟ ਦਾ ਲੈਟਰ ਜਵਾਬ ਜਿਹੜਾ ਆਇਆ ਉਹ ਲੈਟਰ ਆਇਆ, ਉਹ ਓਬਜੈਕਟ ਹੈ। ਜਿੱਥੇ ਓਬਜੈਕਟ ਦੇ ਰੂਪ ਵਿੱਚ ਇੱਕ ਜਵਾਬ ਆਉਂਦਾ ਆਪਾਂ ਨੂੰ ਵਟ ਜਾਂ ਹੂਮ ਦਾ, ਉਹ ਬਣ ਜਾਂਦਾ ਟ੍ਰਾਂਜ਼ਿਟਿਵ ਵਰਬ। ਜਿੱਥੇ ਇਹ ਜਵਾਬ ਨਹੀਂ ਮਿਲਦਾ ਉਹ ਹੁੰਦਾ ਇਨਟ੍ਰਾਂਜ਼ਿਟਿਵ ਵਰਬ, ਯਾਨੀ ਕਿ ਉਹ ਮੂਵ ਨਹੀਂ ਕਰ ਰਿਹਾ। ਟ੍ਰਾਂਜ਼ਿਟਿਵ ਮੂਵ ਕਰ ਰਿਹਾ ਆਪਣੇ ਐਕਸ਼ਨ ਨੂੰ ਓਬਜੈਕਟ 'ਤੇ ਲੈ ਕੇ ਜਾ ਰਿਹਾ। ਟ੍ਰਾਂਜ਼ਿਟਿਵ, ਟ੍ਰਾਂਜ਼ਿਟਿਵ ਤੋਂ ਭਾਵ ਹੁੰਦਾ ਜਿਹੜਾ ਮੂਵ ਕਰਦਾ ਹੋਵੇ।
ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੋਵੇ ਉਹ ਹੁਣ ਆ ਜਿਹੜਾ ਵਰਬ ਹੈ ਇਹ ਓਬਜੈਕਟ ਤੇ ਮੂਵ ਕਰ ਰਿਹਾ ਓਬਜੈਕਟ ਬਾਰੇ ਦੱਸ ਰਿਹਾ ਕਿਲ ਕੀ ਕਿਲਡ ਬਾਈ ਸਨੇਕ ਤਾਂ ਇਹ ਟ੍ਰਾਂਸਿਟਿਵ ਹੋ ਗਿਆ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਕਲੀਅਰ ਹੋ ਗਿਆ ਹੁਣ ਹੁਣ ਆਪਣੇ ਸਾਹਮਣੇ ਆਉਂਦੀ ਹੈ ਗੱਲ ਇੱਕ ਸਬਜੈਕਟ ਦੀ ਤਾਂ ਆਪਾਂ ਗੱਲ ਕਰ ਲਈ ਹੁਣ ਕਈ ਹੈਗੇ ਹੈ ਜਿਨ੍ਹਾਂ ਦੇ ਵਿੱਚ ਦੋ ਦੋ ਓਬਜੈਕਟ ਹੁੰਦੇ ਆ ਉਹਨਾਂ ਵਿੱਚ ਇੱਕ ਇਨਡਾਇਰੈਕਟ ਓਬਜੈਕਟ ਹੁੰਦਾ ਇੱਕ ਡਾਇਰੈਕਟ ਓਬਜੈਕਟ ਹੁੰਦਾ ਦ ਟੀਚਰ ਆਸਕਡ ਮੀ ਅ ਕੁਐਸਚਨ ਜੇ ਆਪਾਂ ਇਹਨੂੰ ਛੱਡ ਦਈਏ ਇਹਨਾਂ ਲਈਏ ਦ ਟੀਚਰ ਆਸਕਡ ਮੀ ਇੱਥੇ ਦ ਟੀਚਰ ਸਬਜੈਕਟ ਹੋ ਗਿਆ ਆਸਕਡ ਵਰਬ ਹੋ ਗਿਆ ਮੀ ਓਬਜੈਕਟ ਹੋ ਗਿਆ ਦ ਬੋਏ ਬੋਟ ਮੀ ਇੱਥੇ ਗੱਲ ਕਲੀਅਰ ਨਹੀਂ ਹੁੰਦੀ ਮੀ ਵਾਟ ਮੀ ਟੇਲਰ ਮੇਡ ਹਿਮ ਇੱਥੇ ਇੱਕ ਓਬਜੈਕਟ ਆ ਹੋ ਗਿਆ ਟੇਲਰ ਨੇ ਕੀ ਬਣਾਇਆ ਹਿਮ ਕੁਛ ਗੱਲ ਕਲੀਅਰ ਨਹੀਂ ਹੁੰਦੀ ਪਰ ਹਿਮ ਜਿਹੜਾ ਇਹ ਓਬਜੈਕਟ ਦੀ ਥਾਂ ਤੇ ਆਇਆ ਪਰ ਇਹਦੇ ਵਾਸਤੇ ਕੀ ਬਣਾਇਆ ਇਸ ਕਰਕੇ ਉਹ ਕਲੀਅਰ ਨਹੀਂ ਹੋ ਰਿਹਾ ਇਸ ਕਰਕੇ ਇਹਨੂੰ ਇਨਡਾਇਰੈਕਟ ਓਬਜੈਕਟ ਕਹਿੰਦੇ ਆ ਹੁਣ ਇਸ ਨੂੰ ਛੱਡ ਦਿਓ ਇਸ ਨੂੰ ਪੜ੍ਹੋ ਦ ਟੀਚਰ ਆਸਕਡ ਅ ਕੁਐਸਚਨ ਗੱਲ ਸਾਫ਼ ਹੁੰਦੀ ਹੈ ਕਿ ਟੀਚਰ ਨੇ ਇੱਕ ਕੁਐਸਚਨ ਪੁੱਛਿਆ ਅ ਕੁਐਸਚਨ ਕਿਉਂਕਿ ਇਸ ਤੋਂ ਬਿਨਾਂ ਇਹਦਾ ਮੀਨਿੰਗ ਕਲੀਅਰ ਹੋ ਰਿਹਾ ਸੈਂਟੈਂਸ ਦੇ ਵਿੱਚ ਦ ਬੋਏ ਬੋਟ ਸਮ ਐਪਲਸ ਦ ਟੇਲਰ ਮੇਡ ਅ ਕੋਟ ਹੀ ਟੋਲ ਅ ਸਟੋਰੀ ਦੇ ਆਫਰਡ ਮਨੀ ਆਈ ਸੈਂਟ ਦ ਮੈਸੇਜ ਹੁਣ ਇਸ ਤੋਂ ਬਿਨਾਂ ਆ ਓਬਜੈਕਟ ਲੈ ਕੇ ਆਪਣੇ ਸੈਂਟੈਂਸ ਕੰਪਲੀਟ ਮੰਨਿਆ ਜਾਂਦਾ ਹੈ ਕੰਪਲੀਟ ਸਮਝ ਆਉਂਦੀ ਹੈ ਉਸਦੀ ਜਦੋਂ ਕਿ ਇਸ ਨੂੰ ਛੱਡ ਦਈਏ ਤਾਂ ਆਸ ਓਬਜੈਕਟ ਲੈ ਲਈਏ ਤਾਂ ਸਮਝ ਨਹੀਂ ਆਉਂਦੀ ਤਾਂ ਫਿਰ ਜਿਸ ਦੇ ਨਾਲ ਸਮਝ ਨਹੀਂ ਆਉਂਦੀ ਉਹ ਹੋ ਗਿਆ ਇਨਡਾਇਰੈਕਟ ਓਬਜੈਕਟ ਅਤੇ ਜਿਹਦੇ ਨਾਲ ਸਮਝ ਆਉਂਦੀ ਹੈ ਉਹ ਹੋ ਗਿਆ ਡਾਇਰੈਕਟ ਓਬਜੈਕਟ ਅਤੇ ਇਸ ਤਰ੍ਹਾਂ ਦੇ ਵਰਬ ਇੱਥੇ ਵਰਬ ਹੈ ਆਸਕਡ ਬੋਟ ਮੇਡ ਟੋਲਡ ਓਫਰਡ ਅਤੇ ਸੈਂਟ ਇਹ ਸਾਰੇ ਵਰਬ ਹੈਗੇ ਆ ਜਿਨ੍ਹਾਂ ਵਾਸਤੇ ਆ ਦੋ ਦੋ ਓਬਜੈਕਟ ਲੱਗੇ ਹੈਗੇ ਆ ਇਹਨਾਂ ਨੂੰ ਇੱਕ ਨੂੰ ਇਨਡਾਇਰੈਕਟ ਓਬਜੈਕਟ ਕਹਿੰਦੇ ਆ ਇੱਕ ਨੂੰ ਡਾਇਰੈਕਟ ਓਬਜੈਕਟ ਕਹਿੰਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਵਰਬ ਹੁੰਦੇ ਆ ਜਿਨ੍ਹਾਂ ਦੇ ਦੋ ਦੋ ਓਬਜੈਕਟ ਹੁੰਦੇ ਆ ਉਹਨਾਂ ਨੂੰ ਆਪਾਂ ਡਾਈ ਟ੍ਰਾਂਜ਼ਿਟ ਵਰਬਸ ਕਹਿੰਦੇ ਹਾਂ ਇੱਥੇ ਟ੍ਰਾਂਜ਼ਿਟਿਵ ਵਰਬ ਹੈ ਇਹਨੂੰ ਡਾਈ ਟ੍ਰਾਂਜ਼ਿਟ ਡਾਈ ਟ੍ਰਾਂਜ਼ਿਟਿਵ ਡਾਈ ਤੋਂ ਭਾਵ ਹੁੰਦਾ ਦੋ ਡੀ ਆਈ ਟੀ ਆਰ ਏ ਐਨ ਐਸ ਇਹਨਾਂ ਨੂੰ ਡਾਈ ਟ੍ਰਾਂਸਿਟਿਵ ਵਰਬਸ ਆਪਾਂ ਕਹਿੰਦੇ ਹਾਂ ਇਸ ਤਰ੍ਹਾਂ ਦੇ ਵਰਡਸ ਨੂੰ ਹੁਣ ਅੱਗੇ ਆਪਾਂ ਦੇਖਦੇ ਹਾਂ ਆ ਸੈਂਟੈਂਸਿਸ ਦੇਖੋ ਹੀ ਗਰੋਜ਼ ਵੀਟ ਦ ਟ੍ਰੀ ਗਰੋਜ਼ ਵੈਲ ਦੋਨੋਂ ਜਗ੍ਹਾ 'ਤੇ ਗਰੋਜ਼ ਸੇਮ ਅੱਖਰ ਆਇਆ ਹੀ ਬਰਨਡ ਹਿਸ ਕਲੋਥਸ The fire burns brightly. The boys fly kite. Birds fly. ਇਸ ਤਰ੍ਹਾਂ ਦੇ ਹੋਰ ਐਗਜ਼ਾਮਪਲਸ ਆਉਂਦੇ ਆ ਜਿਸ ਤਰ੍ਹਾਂ ਹੀ ਰਿੰਗਸ ਦ ਬੈਲ ਦ ਬੈਲ ਰਿੰਗਸ ਦ ਡਰਾਈਵਰ ਸਟੋਪ ਦ ਕਾਰ ਦ ਕਾਰ ਸਟੋਪ ਸਡਨਲੀ ਤਾਂ ਇਸ ਤਰ੍ਹਾਂ ਦੇ ਜਿਹੜੇ ਵਰਡ ਹੈ ਜਿਹੜੇ ਕਿ ਦੋਨੋਂ ਪਾਸੇ ਆ ਜਾਂਦੇ ਆ ਆਹ ਦੇਖ ਲਓ ਹੀ ਗਰੋਜ਼ ਵੀਟ ਆਪਾਂ ਟ੍ਰਾਂਸਿਟਿਵ ਅਤੇ ਇਨਟ੍ਰਾਂਸਿਟਿਵ ਹੁਣੇ ਪੜ੍ਹੇ ਸੀਗੇ ਇੱਥੇ ਟ੍ਰਾਂਸਿਟਿਵ ਵਰਬ ਬਣ ਗਿਆ ਇਹ ਗਰੋਜ਼ ਅਤੇ ਉਹੀ ਸੇਮ ਵਰਡ ਇੱਥੇ ਇਨਟ੍ਰਾਂਸਿਟਿਵ ਹੈ ਇੱਥੇ ਹੀ ਬਰਨਡ ਹਿਸ ਕਲੋਥਸ ਇੱਥੇ ਟ੍ਰਾਂਸਿਟਿਵ ਹੈ ਦ ਫਾਇਰ ਬਰਨਸ ਬ੍ਰਾਈਟਲੀ ਵਟ ਟਾਈਪ ਆਫ ਫਾਇਰ ਬਰਨਸ ਬ੍ਰਾਈਟਲੀ The boys
flying kite. What does boy fly? Kite. The driver stopped the car. What did driver stop? Car. ਤਾਂ ਇੱਥੇ what ਦਾ ਜਵਾਬ ਇੱਥੇ object ਦੇ ਰੂਪ ਵਿੱਚ ਆਉਂਦਾ ਹੈ। ਇੱਧਰ ਜੇ ਹੈ ਤਾਂ ਨਾਲ adjective ਹੈ, grows well, the trees grows well, ਕਿਹੋ ਜੀ ਹੁੰਦੀ ਹੈ, well ਹੁੰਦੀ ਹੈ, ਠੀਕ ਹੈ। ਪਰ trees, what type of growth it is? It is well. But trees grow, fire burns, birds fly, ਕਿਹਨੂੰ fly ਕਰਦੇ ਆ? ਇਸਦਾ ਕੋਈ ਜਵਾਬ ਨਹੀਂ ਹੈ। ਤਾਂ ਇਹ ਸਾਰੇ ਇਨਟ੍ਰਾਂਸਿਟਿਵ ਹੋ ਗਏ, ਇਹ ਟ੍ਰਾਂਸਿਟਿਵ ਹੋ ਗਏ। ਹੁਣ ਜਿਹੜੇ ਵਰਡਸ ਟ੍ਰਾਂਸਿਟਿਵ ਵੀ ਹੋਣ ਅਤੇ ਇਨਟ੍ਰਾਂਸਿਟਿਵ ਵੀ ਵਰਬ ਹੋਣ, ਇਸ ਤਰ੍ਹਾਂ ਦੇ ਵਰਬਸ ਨੂੰ ਐਰੇਗੇਟਿਵ ਕਹਿੰਦੇ ਆ। ERGATIVE ਐਰੇਗੇਟਿਵ ਵਰਬਸ ਕਿਹਾ ਜਾਂਦਾ ਹੈ। ਹੁਣ ਅੱਗੇ ਦੇਖੋ, ਅੱਗੇ ਆਪਣਾ ਵਿਸ਼ਾ ਸੀ ਥਰਡ ਟਾਈਪ ਦਾ, ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਵਰਬਸ ਆਫ ਇਨਕੰਪਲੀਟ ਪ੍ਰੈਡੀਕੇਸ਼ਨ। ਸਬਜੈਕਟ ਪਹਿਲਾਂ ਆਉਂਦਾ, ਬਾਕੀ ਦੇ ਸਾਰਿਆਂ ਨੂੰ ਪ੍ਰੈਡੀਕੇਟ ਕਹਿੰਦੇ ਆ। ਤਾਂ ਜਿਸ ਵਰਬ ਨੂੰ ਆਪਣਾ ਮੀਨਿੰਗ ਕਲੀਅਰ ਕਰਨ ਵਾਸਤੇ ਅੱਗੇ ਹੋਰ ਸ਼ਬਦਾਂ ਦੀ ਜਾਂ ਫਰੇਜ਼ਸ ਦੀ ਲੋੜ ਪੈਂਦੀ ਹੋਵੇ, ਜਿਸ ਨੂੰ ਆਪਾਂ ਕੰਪਲੀਮੈਂਟ ਕਹਿੰਦੇ ਹਾਂ, ਕਿਸੇ ਕੰਪਲੀਮੈਂਟ ਦੀ ਲੋੜ ਪੈਂਦੀ ਹੋਵੇ, ਤਾਂ ਆਪਾਂ ਉਸਨੂੰ ਕਵਾਂਗੇ ਦ ਵਰਬ ਆਫ ਇਨਕੰਪਲੀਟ ਪ੍ਰੈਡੀਕੇਸ਼ਨ। ਅਤੇ ਇਹ ਇਨਕੰਪਲੀਟ ਪ੍ਰੈਡੀਕੇਸ਼ਨ ਜਿਹੜੇ ਆ, ਇਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਸਬਜੈਕਟਿਵ ਕੰਪਲੀਮੈਂਟ ਅਤੇ ਓਬਜੈਕਟਿਵ ਕੰਪਲੀਮੈਂਟ। ਇਹ ਕੰਪਲੀਮੈਂਟ ਦੋ ਤਰ੍ਹਾਂ ਦੇ ਆ, ਆਪਾਂ ਹੁਣੇ ਕਲੀਅਰ ਕਰਦੇ ਹਾਂ ਕਿਸ ਤਰ੍ਹਾਂ। ਇਹਦੇ ਵਿੱਚ ਪਹਿਲਾ ਫਾਰਮੈਟ ਦੇਖੋ, ਸਬਜੈਕਟ ਪਲੱਸ ਵਰਬ ਪਲੱਸ ਕੰਪਲੀਮੈਂਟ। ਹੀ ਇਜ਼ ਅ ਡਾਕਟਰ, ਇਸ ਵਰਬ ਹੈ, ਡਾਕਟਰ ਕੰਪਲੀਮੈਂਟ ਹੈ। ਟੌਮ ਬਿਕੇਮ ਰਿਚ, ਸ਼ੀ ਲੁਕਸ ਇਲ। ਇਸ ਤਰ੍ਹਾਂ ਦੇ ਕੁਛ ਹੋਰ ਐਗਜ਼ਾਮਪਲਸ ਦੇਖ ਲੈਂਦੇ ਆਪਾਂ। ਹੀ ਸੀਮਸ ਟਾਇਰਡ, ਸ਼ੀ ਸਿੰਗਸ ਨਾਈਸਲੀ, ਸ਼ੀ ਸੀਮਸ ਟੂ ਬੀ ਹੈਪੀ, ਸ਼ੀ ਲਿਵਸ ਇਨ ਦਾ ਬੰਗਲੋ। ਤਾਂ ਇੱਥੇ ਹੁਣ ਦੇਖੋ, ਅਲੱਗ ਅਲੱਗ ਵਰਡਸ ਨੂੰ ਕੰਪਲੀਮੈਂਟ ਦੇ ਰੂਪ ਵਿੱਚ ਇੱਥੇ ਆਉਣਾ ਪਿਆ। ਕਲੀਅਰ ਕਿਦਾਂ ਕੀਤਾ? ਇਹਨਾਂ ਨੇ ਸਬਜੈਕਟ ਨੂੰ ਕੀਤਾ, ਸਬਜੈਕਟ ਨੂੰ ਕੀਤਾ। ਅ ਡਾਕਟਰ, ਡਾਕਟਰ ਕੌਣ ਹੈ? ਹੀ ਇਜ਼ ਦਾ ਸਬਜੈਕਟ। ਸੋ ਇਸਨੇ ਸਬਜੈਕਟ ਨੂੰ ਕਲੀਅਰ ਕੀਤਾ। ਟੌਮ ਬਿਕੇਮ ਰਿਚ, ਹੂ ਬਿਕੇਮ ਰਿਚ? ਟੌਮ। ਤਾਂ ਇਸਨੇ ਟੌਮ ਨੂੰ ਰਿਚ ਕੀਤਾ, ਦੱਸਿਆ ਆ ਵਰਬ ਐਕਸ਼ਨ ਹੋਇਆ ਜੋ ਰਿਚ ਹੋਣ ਦਾ, ਉਹ ਕਿਹਦੇ ਵਾਸਤੇ ਹੈ? ਉਹ ਟੌਮ ਵਾਸਤੇ ਹੈ, ਉਹ ਸਬਜੈਕਟ ਵਾਸਤੇ। ਇਸ ਕਰਕੇ ਤਾਂ ਇਹਨੂੰ ਸਬਜੈਕਟਿਵ ਕੰਪਲੀਮੈਂਟ ਕਹਿੰਦੇ ਆ। ਹੁਣ ਦੂਸਰੇ ਦੇਖੋ, ਸਬਜੈਕਟ ਪਲੱਸ ਵਰਬ ਪਲੱਸ ਓਬਜੈਕਟ ਪਲੱਸ ਕੰਪਲੀਮੈਂਟ। ਦੇ ਮੇਡ, ਵਾਟ ਡਿਡ ਦੇ ਮੇਡ, ਵਾਟ ਡਿਡ ਦੇ ਮੇਕ? ਦੇ ਮੇਡ ਹਿਮ ਕਿੰਗ, ਉਹਨਾਂ ਨੇ ਉਸਨੂੰ ਰਾਜਾ ਬਣਾ ਦਿੱਤਾ। ਇੱਥੇ ਓਬਜੈਕਟ ਹਿਮ ਆ ਗਿਆ ਅਤੇ ਕੰਪਲੀਮੈਂਟ ਆ ਗਿਆ ਕਿੰਗ। ਟੌਮ ਪੇਂਟਡ ਦ ਹਾਊਸ ਗ੍ਰੀਨ, ਗ੍ਰੀਨ ਕੀ ਬਣਿਆ ਬਈ? ਦ ਹਾਊਸ, ਹਾਊਸ ਕੀ ਹੈ ਇੱਥੇ? ਓਬਜੈਕਟ ਹੈ। ਕਿੰਗ ਇੱਥੇ ਕੌਣ ਬਣਿਆ? ਹਿਮ, ਯਾਨੀ ਕਿ ਦੇ ਮੇਡ ਹਿਮ, ਉਸਨੂੰ ਉਹਨਾਂ ਨੇ ਰਾਜਾ ਬਣਾਇਆ। ਕਿਹਨੂੰ ਬਣਾਇਆ? ਓਬਜੈਕਟ ਨੂੰ ਬਣਾਇਆ। ਇਸ ਕਰਕੇ ਇਹ ਜਿਹੜੇ ਕੰਪਲੀਮੈਂਟ ਹੈ, ਇਹ ਓਬਜੈਕਟਿਵ ਕੰਪਲੀਮੈਂਟ ਹੈ। ਇਸ ਤਰ੍ਹਾਂ ਦੇ ਹੋਰ ਐਗਜ਼ਾਮਪਲਸ ਆਪਾਂ ਦੇਖ ਲੈਂਦੇ ਹਾਂ। ਹੀ ਗੋਟ ਦ ਹਾਊਸ ਰਿਪੇਅਰਡ, ਰਿਪੇਅਰਡ ਪਾਰਟ ਪਾਸਟ ਪਾਰਟੀਸਿਪਲ ਆਪਾਂ ਲਾ ਦਿੱਤਾ, ਅਤੇ ਇਹ
रिपेयर की होया द हाउस, हाउस की है थे ऑब्जेक्ट बनता है. वी फाउंड हिम स्लीपिंग, वी सब्जेक्ट फाउंड वर्ब ऑब्जेक्ट हिम इन व्हाट कंडीशन स्लीपिंग, स्लीपिंग इज द कंप्लीमेंट. ता इस तो बिना, इस कंप्लीमेंट तो बिना इन्हों का अर्थ वर्ब का पूरा नहीं सी हुंदा. दे मेड की भी हो सकता, चपाती भी हो सकती है. हिम, हिम तो चपाती नहीं बन सकती, उसकी चपाती नहीं बन सकती. पर जो अगे जाइए तो क्लीयर हो जाता किंग, उन्होंने उसनू किंग बना दिता. तो ये जिहड़ा कंप्लीमेंट है ये ऑब्जेक्ट को मुखातिब होंदा है, इस करके इसनू इस तरह के जिहड़े कंप्लीमेंट्स तो बिना अर्थ जिन्हों का क्लीयर नहीं होंदा उन्हों आपां कहने इनकंप्लीट प्रेडिकेशन. तां इस तरह अपने तीन अपने वर्ड्स तीन तरह के वर्ब्स पूरे होंदे है. उम्मीद है तुहानू समझ आ गई होएगी. ते इस तरह अपने इस चैनल ते बने रहना. इस तो अगे आपां एडजेक्टिव्स लैके आवांगे. उम्मीद करता हाँ तुसीं लाभ उठाओगे, तो इसनू लाइक भी करोगे, शेयर भी करोगे, तो सबसक्राइब भी करोगे जे तुसीं नवें साडे चैनल ते आए हो. तां धन्यवाद.